ਸਰਦਾਰਨੀ ਸੁਰਜੀਤ ਕੌਰ ਬਨਬੈਦ ਦੀ ਹੋਈ ਅੰਤਿਮ ਅਰਦਾਸ। ਪਿਛਲੇ ਦਿਨੀ ਕਰ ਗਏ ਸਨ ਅਕਾਲ ਚਲਾਣਾ। ਅੰਤਿਮ ਅਰਦਾਸ ਮੌਕੇ ਵੱਖ ਵੱਖ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ। ਪਿਛਲੇ ਦਿਨ ਸ਼ੀਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਉੜਾਪੜ ਵਿਖੇ ਸਰਦਾਰ ਗੁਰਚਰਨ ਸਿੰਘ ਬਨਬੈਦ ਦੀ ਧਰਮ ਪਤਨੀ ਸਰਦਾਰਨੀ ਸੁਰਜੀਤ ਕੌਰ ਬਨਬੈਦ ਅਕਾਲ ਚਲਾਣਾ ਕਰ ਗਏ ਸਨ। ਅੱਜ ਉਹਨਾਂ ਦੇ ਨਿਮਿਤ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਵਿੱਚ ਇਲਾਕੇ ਦੀਆਂ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਹਿੱਸਾ ਲੈ ਕੇ ਸਰਦਾਰਨੀ ਸੁਰਜੀਤ ਕੌਰ ਬਨਬੈਦ ਦੇ ਅਕਾਲ ਚਲਾਣੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਦਾਰ ਗੁਰਚਰਨ ਸਿੰਘ ਜੀ ਦੀ ਜੀਵਨ ਸਾਥਣ ਬੀਬੀ ਸੁਰਜੀਤ ਕੌਰ ਨੇ ਹਮੇਸ਼ਾ ਹੀ ਪਰਿਵਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਅਤੇ ਅੱਜ 77 ਸਾਲ ਦੀ ਉਮਰ 'ਚ ਇਸ ਦੁਨਿਆਵੀ ਮਾਇਆ ਨੂੰ ਭੋਗ ਕੇ ਪ੍ਰਭੂ ਚਰਨਾਂ ਵਿੱਚ ਜਾ ਵਿਰਾਜੇ ਨੇ। ਇਸ ਮੌਕੇ ਸੈਣੀ ਸਭਾ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਇਸ ਪਰਿਵਾਰ ਵੱਲੋਂ 550 ਸਾਲਾ ਦਿਵਸ ਮੌਕੇ ਕੈਨੇਡਾ ਦੀ ਧਰਤੀ ਤੋਂ ਨਨਕਾਣਾ ਸਾਹਿਬ ਨੂੰ ਕਈ ਦੇਸ਼ਾਂ ਵਿੱਚੋਂ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦੇ ਹੋਏ ਬੱਸ ਲੈ ਕੇ ਭਾਰਤ ਪਹੁੰਚੇ ਸਨ ਅਤੇ ਇਸ ਅਮਨ ਯਾਤਰਾ ਦਾ ਬੀਬੀ ਜੀ ਹਿੱਸਾ ਬਣ ਕੇ ਮਨੁੱਖਤਾ ਦੀ ਸੇਵਾ ਦਾ ਹਿੱਸਾ ਬਣੇ ਸਨ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਸਤਬੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਪਰਿਵਾਰ ਦਾ ਤਾਂ ਬੀਬੀ ਜੀ ਦਾ ਨਾਂ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਪਾਕਿਸਤਾਨ ਦੇ ਗੁਰੂ ਘਰਾਂ ਵਿੱਚ ਵੀ ਲਿਆ ਜਾਂਦਾ ਹੈ, ਜਿਸ ਨਾਲ ਇਹਨਾਂ ਨੂੰ ਮਾਣ ਅਤੇ ਸਤਿਕਾਰ ਮਿਲਦਾ ਹੈ। ਇਸ ਮੌਕੇ ਸਰਦਾਰ ਪਾਲ ਸਿੰਘ, ਚਰਨਜੀਤ ਸਿੰਘ ਲੁਧਿਆਣਾ, ਕਾਂਗਰਸੀ ਆਗੂ ਸਤਬੀਰ ਸਿੰਘ, ਸੈਣੀ ਸਭਾ ਪੰਜਾਬ ਦੇ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਢਾਡੀ ਗੁਰਦੀਪ ਸਿੰਘ ਉੜਾਪੜ, ਹਰਮੇਲ ਸਿੰਘ ਸੈਣੀ ਅਤੇ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਚੜ੍ਹਦੀ ਕਲਾ ਨਿਊਜ਼ ਵਾਲਿਆਂ ਦਾ ਮੈਂ ਦਰਦੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਆਪਣੀ ਟੀਮ ਭੇਜੀ ਆ। ਮੇਰੀ ਜੀਵਨ ਸਾਥੀ ਸੁਰਜੀਤ ਕੌਰ ਦੁਨੀਆ ਤੋਂ ਅਲਵਿਦਾ ਕਰ ਗਈ ਆ, ਜਿਨ੍ਹਾਂ ਨੇ ਕਿ ਅਸੀਂ ਦੋਹਾਂ ਨੇ ਬੜਾ ਸੇਵਾ ਕੀਤੀ ਰਲ ਮਿਲ ਕੇ। ਬਹੁਤ ਮਤਲਬ ਮੈਨੂੰ ਸ਼ੌਕ ਲੱਗਾ ਕਿ ਦੁਨੀਆ ਨੂੰ ਸ਼ੌਕ ਲੱਗ ਗਿਆ ਉਹਨਾਂ ਦਾ, ਬਹੁਤ ਅੱਛੇ ਸਨ। ਅਤੇ ਦਰਦੀ ਸਾਹਿਬ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਟਾਈਮ ਟੂ ਟਾਈਮ ਉਹ ਸਾਨੂੰ ਮਤਲਬ ਸਾਦੇ ਰਹਿੰਦੇ ਨੇ ਟੀ ਵੀ ਦੇ ਉੱਤੇ, ਅਤੇ ਟਾਈਮ ਦੇ ਉੱਤੇ ਮੈਂ ਕੁਝ ਕਹਿ ਨਹੀਂ ਸਕਦਾ ਕਿ ਇਮੋਸ਼ਨਲ ਹੋ ਜਾਂਦਾ ਹੈਗਾ ਕਿ ਜਿਹੜਾ ਮੇਰਾ ਜੀਵਨ ਸਾਥੀ ਸੀ ਉਹਨਾਂ ਨੇ ਮੈਨੂੰ ਕਿਵੇਂ ਇੱਕ ਇਸ ਲਾਈਨ ਦੇ ਉੱਤੇ ਲਿਆਂਦਾ। ਇਹ ਉਹਨਾਂ ਦੀ ਦੇਣ ਸੀ, ਉਹ ਇੱਕ ਪੰਛੀ ਰੂਹ ਸੀ, ਮੈਨੂੰ ਸਮਝ ਨਹੀਂ ਲੱਗੀ ਉਹਨਾਂ ਦੀ। ਅਤੇ ਅਖੀਰ ਦੇ ਵਿੱਚ ਹਾਲਾਂਕਿ ਉੱਥੋਂ ਤੁਰਨ ਲੱਗੇ ਮੈਨੂੰ ਦੱਸਦੇ ਨੇ ਵੀ ਮੈਂ ਆਪਣੀ ਮੇਰੀ ਇਹ ਆਖਰੀ ਵਾਰ ਹੈਗੀ ਆ ਜਾਣ ਦੀ, ਆਪਣੇ ਸੂਟ ਸਮਾਣੇ ਕੋਈ ਮਤਲਬ ਦੁਨੀਆ ਦੇ ਉੱਤੇ ਇਹੋ ਜਿਹੀ ਮੈਂ ਦੇਖੀ ਨਹੀਂ, ਇਨਸਾਨ ਨਹੀਂ ਦੇਖਿਆ ਜਿਹੜਾ ਆਪਣੀ ਮੌਤ ਨੂੰ ਪਹਿਲਾਂ ਹੀ ਤਿਆਰ ਕਰਕੇ ਬੈਠਾ ਹੋਵੇ। ਹਾਂਜੀ, ਰੋਜ਼ ਕੀਰਤਨ ਸੋਲਾ ਪੜ੍ਹ ਕੇ ਸੌਣਾ, ਕਹਿਣਾ ਸਵੇਰ ਨੂੰ ਉੱਠਣਾ ਜਾਂ ਨਹੀਂ ਉੱਠਣਾ। ਹਾਂਜੀ, ਕੋਈ ਲਾਲਚ ਨਹੀਂ ਸੀਗਾ, ਕੋਈ ਕੁਛ ਨਹੀਂ ਸੀਗਾ। ਅਤੇ ਮੇਰਾ ਵੀ ਮਤਲਬ ਹੋ ਗਿਆ ਸੀ 59, ਵਿਆਹ ਨੂੰ ਹੋਏ ਸੀ। ਮੈਂ ਕਦੇ ਆਪਣੇ ਜੇਬ ਦੇ ਵਿੱਚ ਪੈਸਾ ਨਹੀਂ ਰੱਖਿਆ ਸੀ, ਉਹਦੇ ਕੋਲੋਂ ਮੰਗ ਕੇ ਲੈਂਦਾ ਹੁੰਦਾ ਸੀ, $10 ਲੈਣੇ, $20 ਲੈਣੇ, ਅਤੇ ਉਹ ਹੀ ਸਭ ਕੁਛ ਹੈਂਡਲ ਕਰਦੇ ਸੀਗੇ। ਅੱਜ ਮੈਨੂੰ ਥੋੜ੍ਹਾ ਮਹਿਸੂਸ ਹੁੰਦੀ ਆ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਜੋ ਚੈਰਿਟੀ ਦਾ ਕੰਮ ਆ ਉਹ ਅਸੀਂ ਕੰਟੀਨਿਊਸ ਰੱਖਾਂਗੇ। ਉਹਨਾਂ ਦੀ ਯਾਦ ਦੇ ਵਿੱਚ ਕੈਂਪ ਲਾਉਂਦੇ ਰਹਾਂਗੇ, ਬੱਚਿਆਂ ਦੀ ਐਜੂਕੇਸ਼ਨ ਦਾ ਕੰਮ ਆ, ਹੋਰ ਜਿਹੜੇ ਵੀ ਕੰਮ ਆ ਉਹ ਕਰਦੇ ਰਹਾਂਗੇ।